जी दोस्तों सत श्रीकाल जी सारे नू अज गुरु की नगरी श्री अमृतसर साहब विखे तुहानूं लैके आए हां लारेंस रोड की बहुत ही मशहूर दुकान हरजिंदर सिंह जी पापड़ा वाले। हाँ जी भाई सत श्रीकाल जी। सत श्रीकाल जी महाराज। सत श्रीकाल। की हाल चाल? बहुत वधिया सर, तुसीं सुणाओ? ठीक हो? वधिया जी। भाजी दसो भी किन्ने साल पुरानी दुकान तुहाडी? ये सर साडे दादा जी दे टाइम तों चलदी आ रही है। हाँ जी। थर्ड जनरेशन है असीं। हाँ जी। जिहड़े इस काम 'च इन्वॉल्व कीते ने। हाँ जी। काफ़ी पुरानी है, कोई 70-75 साल हो गए। हाँ जी भाई अमृतसर दे पापड़ा दा नाम तां पंजाबी गाणियां दे विच वी बहुत वरत्या जांदा। सर बिल्कुल जी, बहुत मशहूर है अमृतसर दी सगात, मेन पछाण ही अमृतसर दी बन गई पापड़ वड़ियां दी। हाँ जी भाई विखाओ कि की हुंदा तुहाडे कोल पापड़ा? आइंदे भाजी अपने। हाँ जी। ਇਹ ਆਉਂਦੇ ਜੇ ਮਾਂਹ ਦੀ ਦਾਲ ਦੇ ਪਾਪੜ ਹੁੰਦਾ। ਹਾਂਜੀ। ਇਹਨੂੰ ਮਸਾਲਾ ਪਾਪੜ ਵੀ ਕਹਿੰਦੇ ਆ। ਹਾਂਜੀ। ਇਹ ਘੱਟ ਮਿਰਚ ਵਾਲਾ ਹੈ। ਇਹਦਾ ਕੀ ਪ੍ਰਾਈਸ ਰਹਿੰਦਾ? ਅਲੱਗ ਅਲੱਗ ਵਰਾਇਟੀ ਦੇ ਅਲੱਗ ਅਲੱਗ ਪ੍ਰਾਈਸ ਹੈ। ਫਿਰ ਇਹ ਆਉਂਦਾ ਜੇ ਮਸਾਲਾ ਪੂਰਾ ਤਿੱਖਾ ਪਾਪੜ, ਜਿਹੜਾ ਸਪਾਈਸੀ ਖਾਣ ਦੇ ਸ਼ੌਕੀਨ ਉਹਨਾਂ ਵਾਸਤੇ ਆਉਂਦਾ। ਇਹ ਆਉਂਦਾ ਸਾਡੇ ਕੋਲ ਭਾਜੀ 360 ਤੋਂ ਲੈ ਕੇ 560 ਰੁਪਏ ਕਿਲੋ ਤੱਕ ਹੈਗਾ। ਓਕੇ। ਵਰਾਇਟੀ ਦੇ ਹਿਸਾਬ ਨਾਲ ਤਿੱਖਾਪਨ, ਕੋਈ ਚਟਦਾ ਮੰਗਦਾ, ਕੋਈ ਘੱਟ ਤਿੱਖਾ ਮੰਗਦਾ, ਕੋਈ ਜੀਰਾ ਮੰਗਦਾ, ਅਲੱਗ ਅਲੱਗ ਵਰਾਇਟੀ ਮੰਗਦਾ ਜਿੱਦਾਂ ਦੀ ਗਾਹਕ ਦੀ ਡਿਮਾਂਡ। ਹਾਂਜੀ ਹਾਂਜੀ। ਫਿਰ ਆਪਣੇ ਕੋਲ ਇੱਕ ਆਉਂਦਾ ਅਨਾਰਦਾਨਾ ਪਾਪੜ ਆਉਂਦਾ। ਅਨਾਰਦਾਨਾ ਇਹ ਬਣਾਈਦਾ। ਇਹ ਵੀ ਆਉਂਦਾ ਥੋੜ੍ਹਾ ਮੀਡੀਅਮ ਸਪਾਈਸੀ ਪਰ ਡਿਫਰੈਂਟ ਹੈ। ਅਨਾਰਦਾਨਾ ਅਸੀਂ ਪਰ ਮੈਸ਼ ਕੀਤਾ ਹੁੰਦਾ, ਥੋੜ੍ਹਾ ਮਸਾਲੇਦਾਰ ਖਾਣ ਦਾ ਵੀ ਬਹੁਤ ਜ਼ਿਆਦਾ ਟੇਸਟ, ਚਟਪਟਾ ਜਿਹਾ ਆਉਂਦਾ। ਫਿਰ ਸਾਡੇ ਕੋਲ ਆਉਂਦੇ ਆਲੂ ਦੇ ਪਾਪੜ। ਆਲੂ ਦੇ ਪਾਪੜ? ਆਲੂ ਵਾਲੇ ਪਾਪੜ, ਇਹ ਬਨਾਰਸੀ ਆਲੂ ਪਾਪੜ ਕਹਿੰਦੇ ਨੇ। ਇਹਦੀ ਡਿਮਾਂਡ ਵਰਤ ਵਿੱਚ ਵੀ ਕਾਫੀ ਹੋ ਜਾਂਦੀ, ਨਵਰਾਤਰਿਆਂ ਦੇ ਜਿਵੇਂ ਵਰਤ ਆ ਜਾਂਦੇ ਉਹਨਾਂ ਵਿੱਚ ਕਾਫੀ ਡਿਮਾਂਡ ਹੋ ਜਾਂਦੀ। ਬਣਦੇ ਸਿੰਧਾ ਨਮਕ ਦੇ ਨਾਲ, ਇਹ ਬਹੁਤ ਵਧੀਆ ਖਾਣ 'ਚ ਵੀ ਬਹੁਤ ਕ੍ਰਿਸਪੀ ਆ, ਹੈ ਵੀ ਬਹੁਤ ਪਤਲਾ ਪਾਪੜ, ਇਹ ਵੀ ਬਹੁਤ ਵਧੀਆ ਪਾਪੜ। ਫਿਰ ਇੱਕ ਸਾਡੇ ਕੋਲ ਆਉਂਦੇ ਆ ਰੈੱਡ ਚਿੱਲੀ ਪਾਪੜ, ਕਹਿ ਬਣਾਈ ਦੀ ਅਸੀਂ ਡਿਫਰੈਂਟ ਵਰਾਇਟੀ, ਕੋਈ ਕਾਲੀ ਮਿਰਚ ਨਹੀਂ, ਕੋਈ ਜੀਰਾ ਨਹੀਂ, ਸਿਰਫ ਅਤੇ ਸਿਰਫ ਰੈੱਡ ਚਿੱਲੀ, ਉਹ ਵੀ ਬਿਲਕੁਲ ਨਾ ਮਾਤਰੀ ਕੁਆਂਟੀ, ਬਿਲਕੁਲ ਪਲੇਨ ਕਹਿ ਸਕਦੇ ਤੁਸੀਂ। ਇਹ ਸਾਡੀ ਆਪਣੀ ਸਾਰੀ ਵਰਾਇਟੀ ਆਈ। ਇੱਕ ਗਾਰਲਿਕ ਪਾਪੜ ਹੁੰਦਾ, ਉਹ ਵੀ ਬਣਾਈ ਦਾ ਅਸੀਂ, ਇਹ 'ਚ ਗਾਰਲਿਕ ਹੁੰਦਾ, ਗਾਰਲਿਕ ਲੈਸ ਸਪਾਈਸੀ ਵਿੱਚ ਗਾਰਲਿਕ, ਇਹ ਖਾਣ 'ਚ ਜਿਵੇਂ ਗਾਰਲਿਕ ਕਈ ਪਸੰਦ ਕਰਦੇ ਆ ਉਹਨਾਂ ਵਾਸਤੇ ਆ ਜਾਂਦਾ, ਫਿਰ ਜਿਹੜੇ ਰੈਗੂਲਰ ਖਾਣ ਵਾਸਤੇ ਉਹਨਾਂ ਵਿੱਚ ਆਇਆ। ਇਹ ਸਾਡੀ ਆਪਣੀ ਵਰਾਇਟੀ ਆਉਂਦੀ। ਫਿਰ ਇਸ ਤੋਂ ਬਾਅਦ ਆਪਣੇ ਕੋਲ ਵੜੀਆਂ ਦੀ ਵਰਾਇਟੀ ਆ ਜਾਂਦੀ, ਇਹ ਸਾਰੀ ਪਾਪੜ ਆ ਗਏ, ਪਾਪੜ ਹੁੰਦਾ ਸਾਡੇ ਕੋਲ ਵੜੀਆਂ। ਇਹ ਆਉਂਦੀਆਂ ਮਾਂਹ ਦੀ ਦਾਲ ਦੀਆਂ ਵੜੀਆਂ, ਇਹ ਹੈਗੀ ਘੱਟ ਮਸਾਲੇ ਵਾਲੀ ਮਾਂਹ ਦੀ ਦਾਲ, ਪੇਠਾ ਵੜੀ ਵੀ ਨਹੀਂ ਕਹਿੰਦੇ, ਪੇਠਾ ਪਾਇਆ ਹੁੰਦਾ ਪੂਰਾ। ਫਿਰ ਇਹ ਆਉਂਦੀ ਇੱਕ ਮੂੰਗੀ ਦਾਲ ਦੀ ਵੜੀ, ਕਈ ਇਲਾਕਿਆਂ 'ਚ ਉਹਨੂੰ ਮੰਗੋੜੀ ਵੀ ਕਹਿੰਦੇ ਆ, ਇੱਥੇ ਮੂੰਗੀ ਦਾਲ ਦੀ ਵੜੀ ਚੱਲਦੀ ਹੈ। ਫਿਰ ਇਹ ਆਉਂਦੀ ਹੈ ਪੂਰੀ ਮਸਾਲੇਦਾਰ ਵੜੀ, ਪੇਠਾ ਨਾਲ ਪੂਰਾ ਮਸਾਲਾ। ਇਹਦਾ ਪ੍ਰਾਈਸ ਕੀ ਰਹਿੰਦਾ? ਇਹ ਵੀ ਸੇਮ ਸਰ ਪਾਪੜ ਅਤੇ ਵੜੀਆਂ ਦਾ ਲਗਭਗ ਪ੍ਰਾਈਸ ਸੇਮ ਰਹਿੰਦਾ, 360 ਤੋਂ ਲੈ ਕੇ 560 ਤੱਕ। ਫਿਰ ਇੱਕ ਆਉਂਦਾ ਖੱਟੇ ਪੰਚ ਆਉਂਦੀ ਹੈ ਵੜੀ, ਜੇ ਫਲੇਵਰ ਤੁਹਾਨੂੰ ਖਟਾਸ ਚਾਹੀਦੀ ਹੋਵੇ ਥੋੜ੍ਹੀ, ਉਹਦੇ ਵਾਸਤੇ ਆਲੂ ਬੁਖਾਰਾ ਵੜੀ ਬੈਸਟ ਹੈ। ਕੋਈ ਵੀ ਖੱਟਾਪਨ ਜਿਵੇਂ ਤੁਹਾਨੂੰ ਆਲੂ ਖੱਟੀ ਲੌਂਜੀ ਬਣਾਉਂਦੇ ਆਪਾਂ, ਉਹਦੇ ਵਾਸਤੇ ਹੈ। ਸਭ ਤੋਂ ਜ਼ਿਆਦਾ ਵੜੀ ਕਿਹੜੀ ਵਿਕਦੀ ਤੁਹਾਡੀ? ਰੈਗੂਲਰ ਵੜੀਆਂ ਸਾਡੀਆਂ ਆਉਂਦੀਆਂ, ਜੋ ਮੇਨ ਅੰਮ੍ਰਿਤਸਰ ਦੀਆਂ ਵੜੀਆਂ ਦੀ ਪਛਾਣ ਆਉਂਦੀ ਨਾ, ਉਹ ਆਉਂਦੀ ਹੈ। ਇਹਦੇ ਵਿੱਚ ਘੱਟ ਮਸਾਲਾ ਅਤੇ ਤੇਜ਼ ਮਸਾਲਾ, ਇਹ ਕਸਟਮਰ 'ਤੇ ਡਿਪੈਂਡ ਹੈ, ਕੋਈ ਤਿੱਖਾ ਵੀ ਖਾਂਦਾ, ਕੋਈ ਫਿੱਕਾ ਖਾਂਦਾ, ਆਪਣੀ ਆਪਣੀ ਚੋਇਸ ਹੈ। ਫਿਰ ਉਸ ਤੋਂ ਬਾਅਦ ਆਪਣੇ ਕੋਲ ਛੋਟੇ ਛੋਟੇ ਕਈ ਤਰ੍ਹਾਂ ਦੇ ਪਾਪੜ ਹੈ ਤਲਣ ਵਾਲੇ, ਰੰਗ ਬਿਰੰਗੇ, ਕੋਈ ਬੱਚਿਆਂ ਵਾਸਤੇ ਆ ਜਾਂਦੇ ਆ, ਕੁਝ ਬਜ਼ੁਰਗਾਂ ਵਾਸਤੇ ਵੀ ਆ ਜਾਂਦੇ, ਫਿੱਕੇ ਆ ਜਾਂਦੇ ਆ, ਮਸਾਲੇ ਆ ਜਾਂਦੇ ਆਪਣੇ ਅੰਮ੍ਰਿਤਸਰ ਦੇ। ਅਚਾਰ ਵੀ ਹੁੰਦੇ ਭਾਜੀ? ਅਚਾਰ ਦੀ ਵਿੱਚ ਵਰਾਇਟੀ ਆ ਜਾਂਦੀ, ਬਹੁਤ ਵਰਾਇਟੀ ਆਪਣੇ ਕੋਲ, ਸਿਰਕੇ ਵਾਲੇ ਅਚਾਰ ਆ ਜਾਂਦੇ ਆ, ਸਾਰੇ ਤੇਲ ਵਾਲੇ ਅਚਾਰ ਜੇ, ਇਹਨਾਂ ਵਿੱਚ ਕੋਈ ਨਿੰਬੂ ਦਾ, ਕੋਈ ਨਿੰਬੂ ਖੱਟਾ ਮਿੱਠਾ, ਅੰਬ ਦਾ, ਲਸਣ ਦਾ, ਬਾਂਸ ਦਾ, ਟਿਊ ਦਾ, ਹਲਦੀ ਦਾ, ਚਿੱਟੇ ਛੋਲਿਆਂ ਦਾ, ਰਾਜਮਾਂਹ ਦਾ ਅਚਾਰ, ਬਹੁਤ ਵਰਾਇਟੀ ਮਿਕਸ ਵੀ ਆ ਜਾਂਦਾ। ਭਾਜੀ ਪਾਪੜ ਕਿਹੜੇ ਆ ਵੀ ਜਿਹੜੇ ਸਭ ਤੋਂ ਜ਼ਿਆਦਾ ਵਿਕਦੇ? ਪਾਪੜ ਭਾਜੀ ਆ ਸਾਡੇ ਮਸਾਲਾ ਪਾਪੜ ਆ ਜਾਂਦੇ ਆ, ਵਿਕਦੇ ਸਾਰੇ, ਬਸ ਇਹ ਦੋਵੇਂ ਰੈਗੂਲਰ ਰੂਟੀਨ 'ਚ ਆਉਂਦੇ ਆ, ਇਹ ਜ਼ਿਆਦਾ ਗਾਹਕ ਪਸੰਦ ਕਰਦੇ। ਇਹ ਜਿਹੜੇ ਵੀ ਕਹਿ ਦਈਏ ਵੀ ਹਰ ਕਿਸੇ ਦੀ ਡਿਮਾਂਡ ਹੁੰਦੀ ਹੈ ਮਸਾਲਾ ਪਾਪੜ ਸਾਨੂੰ ਚਾਹੀਦਾ, ਘੱਟ ਤਿੱਖਾ ਅਤੇ ਪੂਰਾ ਤਿੱਖਾ, ਇਹ ਦੋ ਆ ਜਾਂਦੀ ਸਾਡੀ ਰੈਗੂਲਰ ਰੂਟੀਨ 'ਚ ਜਿਹੜੀ ਚੱਲਦੀ। ਬਾਕੀ ਡਿਫਰੈਂਟ ਆ, ਸਪੈਸ਼ਲ ਬਣਾਈਦੇ ਆ, ਅਨਾਰਦਾਨਾ, ਗਾਰਲਿਕ ਅਤੇ ਰੈੱਡ ਚਿੱਲੀ, ਇਹ ਡਿਫਰੈਂਟ ਵਰਾਇਟੀ ਹੈ, ਕਿਤੇ ਕਿਤੇ ਤੁਹਾਨੂੰ ਮਿਲਣਗੇ, ਇਹ ਹਰ ਕੋਈ ਇਹਨੂੰ ਬਣਾ ਸਕਦਾ, ਇਹ ਵਰਾਇਟੀ ਸਾਰੀ ਆਪਣੇ। ਭਾਈ ਦੁਕਾਨ ਦੀ ਟਾਈਮਿੰਗ ਕਿੰਨੇ ਵਜੇ? ਟਾਈਮਿੰਗ ਸਰ ਸਾਡੀ ਆ 10 ਤੋਂ 10 ਹੈ, ਸਵੇਰੇ 10 ਤੋਂ ਰਾਤ 10 ਵਜੇ ਤੱਕ, ਹਫ਼ਤੇ ਦੇ 7 ਦਿਨਾਂ ਸਾਡੀ ਓਪਨ ਆ। ਸ਼ੋਪ ਭਾਜੀ ਕੋਰੀਅਰ ਵੀ ਕਰਦੇ ਨੇ? ਕੋਰੀਅਰ ਸਰ ਵਰਲਡ ਵਾਈਡ ਜਿੱਥੇ ਮਰਜ਼ੀ ਮੰਗਾਓ ਤੁਸੀਂ, ਜਿੱਥੇ ਜਿੱਥੇ ਆਪਣੇ ਪੰਜਾਬੀ ਪਸੰਦ ਕਰਦੇ ਪਾਪੜਾਂ ਨੂੰ, ਬਸ ਉਹ
अपना मोबाइल नंबर दस दो जो किसी ने मंगवाने हो। मोबाइल नंबर नोट कर लो 9646644616 हरजिंदर सिंह पापड़ वाले लॉरेंस रोड अमृतसर। हाँ जी मर्जी कॉल। थैंक यू भाई।